ਸਿੱਖ ਸਾਰੀ ਜ਼ਿੰਦਗੀ ਸਿੱਖਦਾ ਰਹੇਗਾ। ਜਿਤਨਾ ਮਰਜ਼ੀ ਕੋਈ ਵੱਡੀ ਸਟੇਜ 'ਤੇ ਪਹੁੰਚ ਜਾਵੇ, ਵੱਡੀ ਅਵਸਥਾ 'ਤੇ ਪਹੁੰਚ ਜਾਵੇ, ਬ੍ਰਹਮ ਗਿਆਨੀ ਕਿਉਂ ਨਾ ਬਣ ਜਾਵੇ। ਸਿੱਖ ਲਫ਼ਜ਼ ਬਣਿਆ ਹੀ ਸਿੱਖਣ ਵਾਸਤੇ। ਸਾਹਿਬ ਨੇ ਕਿਸੇ ਹੋਰ ਚੀਜ਼ ਦੀ ਚੋਣ ਨਹੀਂ ਕੀਤੀ ਕਿਸੇ ਹੋਰ ਲਫ਼ਜ਼ ਦੀ, ਦੇਖੋ ਲਫ਼ਜ਼ ਵੀ ਕੀ ਚੋਣ ਕੀਤੀ, ਸਿੱਖ। ਅਖੀਰਲੇ ਸਵਾਸਾਂ ਤੱਕ ਤੂੰ ਸਿੱਖਣਾ। ਪਰ ਕਈ ਵਾਰੀ ਹੁੰਦਾ ਸਿੱਖ ਸਿੱਖ ਕੇ, ਕੁਝ ਐਸੇ ਸਿੱਖ ਹੁੰਦੇ ਨੇ ਜਿਹੜੇ ਬਹੁਤ ਅੱਗੇ ਪਹੁੰਚ ਗਏ, ਤੇ ਜਿਹੜੇ ਨੀਚਲੀ ਕਲਾਸ 'ਚ ਬੈਠੇ ਨੇ ਫਿਰ ਉਹਨਾਂ ਨੂੰ ਉਹ ਸਿੱਖਿਆ ਦੇ ਦੇ ਕੇ ਉੱਪਰ ਲੈ ਕੇ ਜਾਂਦੇ ਨੇ। ਆਖੋ ਸਤਨਾਮ। ਜਿਹੜੇ ਮਾਸਟਰ ਨੇ ਅੱਜ ਦੇ, ਇਹ ਕਦੇ ਸਿੱਖਿਆਰਥੀ ਸਨ ਨਾ, ਕਦੇ ਇਹ ਵੀ ਸਿੱਖਦੇ ਸਨ, ਕਦੇ ਇਹ ਵੀ ਸਟੂਡੈਂਟ ਸਨ। ਸਟੂਡੈਂਟ ਸਿੱਖਦਾ ਗਿਆ, ਪੜ੍ਹਦਾ ਗਿਆ, ਪੜ੍ਹਦਾ ਗਿਆ, ਅੱਜ ਮਾਸਟਰ ਬਣ ਗਿਆ, ਪੜ੍ਹਾਉਣ ਵਾਲਾ ਬਣ ਗਿਆ। ਪਰ ਉਹਨੂੰ ਪੁੱਛੋ ਤੇਰੀ ਵਿੱਦਿਆ ਮੁਕੰਮਲ ਹੋ ਗਈ, ਉਹ ਕਹਿੰਦਾ ਨਹੀਂ ਹਾਲੇ ਹੋਰ ਸਿੱਖਣਾ ਹੈ। ਤੋ ਸਤਨਾਮ। ਪਰ ਸਿਖਾਉਣ ਵਾਲਾ ਬਣ ਗਿਆ। ਬਸ ਆਹ ਪੰਗਤੀ ਇਹੀ ਬਖਸ਼ਿਸ਼ ਕਰਦੀ ਹੈ। ਸਿਖਾਏਗਾ ਉਹ ਜਿਹੜਾ ਪਹਿਲੇ ਆਪ ਸਿੱਖਿਆ ਹੋਵੇ, ਮਿਲਾਏਗਾ ਉਹ ਜਿਹੜਾ ਪਹਿਲੇ ਆਪ ਮਿਲਿਆ ਹੋਵੇ। ਗੁਰਸਿੱਖ ਦੇ ਗੁਰਸਿੱਖ ਮਿਲਾਇਆ, ਗੁਰੂ ਦੀ ਸਿੱਖਿਆ ਦੇ ਕੇ ਗੁਰੂ ਦੇ ਚਰਨਾਂ ਦੇ ਨਾਲ ਜੋੜ ਦਿੰਦਾ ਟੁੱਟੇ ਨੂੰ। ਇਹ ਹੈ ਗੁਰਸਿੱਖ ਦਾ ਕੰਮ। ਤੇ ਅੱਜ ਅਰਦਾਸ ਕਰੋ ਸੱਚੇ ਪਾਤਸ਼ਾਹ, ਉਹ ਦਿਹਾੜਾ ਕਦੋਂ ਆਏਗਾ ਜਦੋਂ ਇਹ ਸੇਵਾ ਤੁਸੀਂ ਮੇਰੇ ਕੋਲੋਂ ਲਓਗੇ। ਆਖੋ ਸਤਨਾਮ। ਉਹ ਦਿਹਾੜਾ ਕਦੋਂ ਆਏਗਾ ਮੇਰੇ ਜੀਵਨ ਦੇ ਵਿੱਚ ਜਦੋਂ ਆ ਇਹ ਪਿਆਰੀ ਅਵਸਥਾ ਦੇ ਉੱਪਰ ਮੈਂ ਪੈਰ ਰੱਖਾਂਗਾ, ਇਹ ਪਿਆਰੀ ਅਵਸਥਾ ਮੈਨੂੰ ਮਿਲੇ, ਤੇ ਇਸ ਅਵਸਥਾ ਦੇ ਸਦਕਾ ਮੇਰੇ ਰਾਹੀਂ ਵੀ ਤੁਸੀਂ ਬਖਸ਼ਿਸ਼ ਕਰੋ, 5-7-10 ਸਰੀਰ ਜੁੜ ਸਕ। ਆ ਭਾਈ ਗੁਰਦਾਸ ਜੀ ਨੇ ਕਿਰਪਾ ਕੀਤੀ, ਕਹਿੰਦੇ ਹਾਂ ਸਦਕੇ, ਕਹਿੰਦੇ ਮੈਂ ਸਦਕੇ ਘੋਲੀ ਘੋਲੀ ਜਾਵਾਂ ਉਹਨਾਂ ਤੋਂ ਗੁਰਸਿੱਖ ਦੇ ਗੁਰਸਿੱਖ ਮਿਲਾਇਆ, ਜਿਨ੍ਹਾਂ ਦਾ ਮਕਸਦ ਹੀ ਇਹ ਰਹਿੰਦਾ ਕਿ ਇਹਨੂੰ ਗੁਰੂ ਦੀ ਸਿੱਖਿਆ ਸੁਣਾ ਕੇ, ਗੁਰੂ ਦੀ ਸਿੱਖਿਆ ਨਾਲ ਜੋੜ ਕੇ, ਗੁਰੂ ਚਰਨਾਂ ਦੇ ਨਾਲ ਜੋੜਦਿਆਂ, ਗੁਰੂ ਨਾਲ ਇਹਨੂੰ ਵੀ ਗੰਢਦਿਆਂ, ਅੰਮ੍ਰਿਤ ਵੇਲੇ ਨਾਲ ਗੰਢਦਿਆਂ, ਅੰਮ੍ਰਿਤ ਬਾਣੀ ਨਾਲ ਗੰਢਦਿਆਂ, ਅੰਮ੍ਰਿਤ ਨਾਲ ਗੰਢਦਿਆਂ, ਤਾਂ ਕਿਧਰੇ ਇਹਦਾ ਵੀ ਭਲਾ ਹੋ ਜਾਵੇ। ਆਖੋ ਸਤਨਾਮ। ਹਾਂ ਸਦਕੇ, ਹਾਂ ਸਦਕੇ, ਹਾਂ ਸਦਕੇ ਤਿੰਨਾ ਗੁਰਸਿੱਖਾਂ। ਹਾਂ ਸਦਕੇ, ਗੁਰਸਿੱਖ ਦੇ ਗੁਰਸਿੱਖ ਮਿਲਾਇਆ, ਗੁਰਸਿੱਖ ਦੇ ਗੁਰਸਿੱਖ ਮਿਲਾਇਆ, ਗੁਰਸਿੱਖ ਦੇ ਗੁਰਸਿੱਖ ਮਿਲਾਇਆ, ਗੁਰਸਿੱਖ ਦੇ ਗੁਰਸਿੱਖ ਮਿਲਾਇਆ। ਹਾਂ ਸਦਕੇ, ਹਾਂ ਸਦਕੇ, ਹਾਂ ਸਦਕੇ ਤਿੰਨਾ ਗੁਰਸਿੱਖਾਂ।